ਲਗਾਤਾਰ 20 ਮੀਟਿੰਗਾਂ ਦੇ ਕੇ ਭੱਜ ਗਈ। ਆਊਟਸੋਰਸ ਮੁਲਾਜ਼ਮਾਂ ਦਾ, ਇਨਲਿਸਟ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ। ਪਿਛਲੀਆਂ ਸਰਕਾਰਾਂ ਵਾਂਗ ਅੱਜ ਵੀ ਇਹ ਸਿਕਿਉਰਿਟੀ ਗੱਡੀਆਂ ਲੈ ਕੇ ਤੁਰ ਰਿਹਾ। ਦੇਖੋ ਕਿੰਨੀ ਸਿਕਿਉਰਿਟੀ, ਉਹੀ ਜਿਹੜਾ ਕਹਿੰਦਾ ਸਵਾਲ ਕਰੋ, ਸਵਾਲਾਂ ਦਾ ਜਵਾਬ ਦੇਣ ਤੋਂ ਭੱਜਦਾ। 20 ਮੀਟਿੰਗਾਂ ਦੇ ਕੇ ਭੱਜਿਆ ਇਹ ਮੁੱਖ ਮੰਤਰੀ, ਅਤੇ ਪੰਜਾਬ ਦੇ ਆਊਟਸੋਰਸ ਇਨਲਿਸਟਮੈਂਟ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਰਿਹਾ। ਇਸ ਕਰਕੇ ਇਹ ਸੰਘਰਸ਼ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਤਿੱਖਾ ਕਰਾਂਗੇ। ਮੇਰਾ ਨਾਮ ਤਜਿੰਦਰ ਦਾਸ ਬਾਵਾ ਜੀ। ਸੋ ਅਸੀਂ ਅੱਜ ਜੋ CM ਸਾਹਿਬ ਨੂੰ ਮਿਲਣ ਵਾਸਤੇ ਗਏ ਸੀ, ਅਸੀਂ ਕੱਲ੍ਹ ਦਾ ਪਲੈਨ ਬਣਾਇਆ ਹੋਇਆ ਸੀਗਾ ਵੀ CM ਸਾਹਿਬ ਆਉਣਗੇ, ਅਸੀਂ ਜੋ ਦਿਵਾਂਗ ਲੋਕ ਭਲਾਈ ਸੇਵਾ ਸੁਸਾਇਟੀ ਹੈ ਉਹਦੇ ਮੁੱਖ ਸੇਵਾਦਾਰ ਹਾਂ ਅਸੀਂ। ਸਾਨੂੰ ਲਗਾਤਾਰ 3 ਸਾਲ ਹੋ ਗਏ ਕੰਮ ਕਰਦਿਆਂ ਨੂੰ ਇਹਦੇ ਵਿੱਚ, ਅਤੇ ਜੋ ਪਿਛਲੀ ਸਰਕਾਰ ਬਣਦੇ ਟਾਈਮ 'ਤੇ CM ਸਾਹਿਬ ਨੇ ਵਾਅਦਾ ਕੀਤਾ ਸੀਗਾ ਵੀ ਤੁਹਾਡੀ 2500 ਪੈਨਸ਼ਨ ਕੀਤੀ ਜਾਊਗੀ, ਅਸੀਂ ਉਹ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਲੈ ਕੇ ਅੱਜ ਗਏ ਸੀਗੇ ਮਿਲੀ ਲੈਂਡ ਪੈਲਸ ਦੇ ਵਿੱਚ ਗਏ ਸੀਗੇ ਵੀ ਸਾਨੂੰ ਮੰਗ ਪੱਤਰ CM ਸਾਹਿਬ ਨੂੰ ਦਿੱਤਾ ਜਾਵੇ, ਜੋ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਤੁਹਾਨੂੰ ਮਿਲਾ ਦਿੱਤਾ ਜਾਊਗਾ, ਤੁਸੀਂ ਆਰਾਮ ਨਾਲ ਬੱਸ ਦੇ ਵਿੱਚ ਬੈਠੋ, ਜਿੱਥੇ ਮਾਨ ਸਾਹਿਬ ਡਿਨਰ ਕਰਨਗੇ ਉੱਥੇ ਸਾਰਿਆਂ ਨੂੰ ਮਿਲਾਇਆ ਜਾਊਗਾ, ਅਤੇ ਤੁਸੀਂ ਬੱਸ ਦੇ ਵਿੱਚ ਬੈਠੋ, ਕੋਈ ਹਵੜਾ ਦਵੜੀ ਨਹੀਂ ਕਰਨੀ। ਸੋ ਅਸੀਂ ਬੱਸ ਦੇ ਵਿੱਚ ਬੈਠ ਗਏ, ਹਮਦਰਦੀ ਦੇ ਤੌਰ 'ਤੇ ਚੱਲਿਆ ਫਿਰਿਆ ਜਾ ਨਹੀਂ ਸਕਦਾ, ਤੁਸੀਂ ਦੇਖ ਹੀ ਰਹੇ ਹੋ ਸਾਨੂੰ ਹੁਣ ਬੱਸ ਦੇ ਵਿੱਚ ਹੀ ਘੁਮਾਇਆ ਜਾ ਰਿਹਾ, ਲਿਆ ਲਿਆ ਕੇ ਜੀ ਇੱਥੇ ਹੀ ਛੱਡਿਆ ਜਾ ਰਿਹਾ, ਅਸੀਂ ਭੁੱਖੇ ਪਿਆਸੇ ਬੱਸ ਦੇ ਵਿੱਚ ਹੀ ਬੈਠੇ ਹਾਂ। ਸਾਡੇ ਕਿੰਨੇ ਬੰਦੇ ਹੋ? ਅਸੀਂ ਘੱਟੋ ਘੱਟ ਬੱਸ ਦੇ ਵਿੱਚ ਤਾਂ ਅਸੀਂ 6-7 ਬੰਦੇ ਹਾਂ, ਬਾਕੀ ਸਾਡੇ ਬੰਦੇ ਪੈਲਸ ਦੇ ਵਿੱਚ ਹੀ ਰਹਿ ਗਏ, ਉਹ ਰਫੂ ਦਫੂ ਕਰ ਦਿੱਤੇ ਗਏ ਨੇ ਜੀ ਉਹ ਸਾਰੇ। ਅਸੀਂ ਘੱਟੋ ਘੱਟ 25-30 ਜਾਣੇ ਆਏ ਸੀਗੇ ਮਿਲਣ ਵਾਸਤੇ, ਅਤੇ ਸਾਰੇ ਸਾਡੇ ਵਹੀਕਲ ਵੀ ਉੱਥੇ ਖੜ੍ਹੇ ਨੇ, ਸਾਨੂੰ ਬੱਸ ਦੇ ਵਿੱਚ ਚੱਲਣਾ ਫਿਰਨਾ ਵੀ ਸਾਨੂੰ ਜਿੱਥੇ ਵੀ ਅਸੀਂ ਕਿਤੇ ਜਾਂਦੇ ਹਾਂ ਆਪਦੇ ਵਹੀਕਲ ਦੇ ਨਾਲ ਹੀ ਜਾਂਦੇ ਹਾਂ, ਨੇੜੇ ਲਾਉਣੇ ਹਾਂ, ਅਤੇ ਸਾਡੇ ਵਹੀਕਲ ਵੀ ਉੱਥੇ ਖੜ੍ਹੇ ਨੇ, ਅਤੇ ਸਾਨੂੰ ਬੱਸ ਦੇ ਵਿੱਚ ਬਿਠਾ ਕੇ ਘੁਮਾਇਆ ਫਿਰਾਇਆ ਜਾ ਰਿਹਾ CM ਤੋਂ। ਜੋ CM ਕਹਿ ਰਹੇ ਸੀਗੇ ਵੀ ਆਮ ਲੋਕਾਂ ਦਾ CM ਹੈ, ਅੱਜ ਦੇਖ ਲਓ ਸਾਡੇ ਨਾਲ ਕਿੱਡਾ ਵੱਡਾ ਹੈਂਡੀਕੈਪਟ ਵਰਗ ਨਾਲ ਧੱਕਾ ਹੋ ਰਿਹਾ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਉਸ ਜਗ੍ਹਾ ਤੋਂ ਇਸ ਟਾਈਮ ਜਿੱਥੇ ਤੁਸੀਂ ਖੜ੍ਹੇ ਹੋ ਕਿੰਨੀ ਕਿਲੋਮੀਟਰ ਦਾ ਸਫ਼ਰ? ਸਾਨੂੰ ਇਸ ਟਾਈਮ ਅਸੀਂ ਹੋਵਾਂਗੇ ਜੀ 5-7 ਕਿਲੋਮੀਟਰ ਦੂਰੀ 'ਤੇ ਲਿਆ ਕੇ ਸਾਨੂੰ ਸਿੱਟਿਆ ਗਿਆ ਜੀ, ਅਤੇ ਸਾਨੂੰ CM ਨਾਲ ਕਿਸੇ ਨਾਲ ਨਹੀਂ ਮਿਲਿਆ ਸੁੰਨਸਾਨ ਜਗ੍ਹਾ ਦੇ ਵਿੱਚ। ਪਹਿਲਾਂ ਸਾਨੂੰ ਅੱਗੇ ਹੰਡਿਆਇਆ ਲੈ ਕੇ ਜਾ ਰਹੇ ਸੀਗੇ, ਪਹਿਲਾਂ ਕਹਿੰਦੇ ਸੀਗੇ ਤੁਹਾਨੂੰ ਕਿਤੇ ਹੋਰ ਲੈ ਕੇ ਜਾਇਆ ਜਾਊਗਾ, ਤੁਹਾਨੂੰ ਚੌਂਕੀ ਲੈ ਕੇ ਜਾਇਆ ਜਾਊਗਾ, ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ। ਦੱਸੋ ਹੈਂਡੀਕੈਪਟ ਵਰਗ ਦਾ ਕੀ ਕਸੂਰ ਹੈ? ਇੱਕ ਮੰਗ ਪੱਤਰ ਜਦੋਂ ਆਪਾਂ CM ਸਾਹਿਬ ਨੂੰ ਨਹੀਂ ਦੇ ਸਕਦੇ ਫਿਰ ਆਮ ਲੋਕਾਂ ਦੀ ਸਰਕਾਰ ਕਿੱਥੋਂ ਬਣ ਸਕਦੀ ਹੈ? ਆਉਣ ਵਾਲੇ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਹ ਆਮ ਲੋਕਾਂ ਦੀ ਸਰਕਾਰ ਨਹੀਂ, ਇਹ ਸਿਰਫ ਚੁਟਕਲਿਆਂ ਦੀ ਸਰਕਾਰ ਹੈ, ਇਹ ਤੋਂ ਬਚੋ ਅਤੇ ਹੈਂਡੀਕੈਪਟਾਂ ਦੀ ਸਪੋਰਟ ਕਰੋ ਜੀ। ਸਰ ਮੇਰਾ ਸੁਰੀਤ ਸਿੰਘ, ਬੇਰੁਜ਼ਗਾਰ ETT ਬਮੁਕਤ ਜਾਤੀ 6635333 ਬੇਰੁਜ਼ਗਾਰ ਅਧਿਆਪਕ ਜੀ। ਅੱਜ ਤੁਸੀਂ ਕਿੱਥੋਂ ਆਏ ਹੋ? ਮੈਂ ਢੱਡਰੀਆਂ ਤੋਂ ਸਰ, ਬਿਲੋਂਗ ਕਰਦੇ ਹਾਂ ਜ਼ਿਲ੍ਹਾ ਸੰਗਰੂਰ ਤੋਂ ਸਰ। ਅਸੀਂ ਅੱਜ ਮੰਗ ਪੱਤਰ CM ਸਾਹਿਬ ਨੂੰ ਦੇਣਾ ਜੀ ਸਰ, ਅਸੀਂ ਅਤੇ ਪੀਸਫੁੱਲੀ ਅਸੀਂ ਖੜ੍ਹੇ ਸੀ ਸਰ ਇੱਥੇ, ਅਸੀਂ 25-30 ਜਣੇ ਆਏ ਸੀ ਕੈਂਡੀਡੇਟ, ਬਾਕੀ ਮੈਨੂੰ ਇੱਥੇ ਨਜ਼ਰਬੰਦ ਕੀਤਾ, ਬਾਕੀ ਜਿਹੜੇ ਮੇਰੇ ਨਾਲ ਦੇ ਸਾਥੀ ਜੀ ਉਹਨਾਂ ਨੂੰ ਚੱਕ ਕੇ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਦੂਰ ਨੇੜੇ ਛੱਡ ਕੇ ਆਏ ਸਰ। ਅਸੀਂ ਆਪਦਾ ਹੱਕ ਲੈਣ ਵਾਸਤੇ ਸਰ CM ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਜੀ। ਭਗਵੰਤ ਮਾਨ ਸਾਨੂੰ ਕਹਿੰਦਾ ਸੀਗਾ ਵੀ ਤੁਸੀਂ ਸਿੱਧੇ ਸਾਨੂੰ ਮਿਲੋ ਵੀ ਤੁਹਾਡੀ ਸਿੱਧੀ ਗੱਲਬਾਤ ਸੁਣੀ ਜਾਊ, ਅਤੇ ਵੋਟਾਂ ਦੇ ਵਿੱਚ ਇਹ ਲੋਕਾਂ ਨੂੰ ਲੋਲੀਪੋਪ ਦੇ ਕੇ ਵੋਟਾਂ ਪਟਾਉਂਦੇ ਨੇਗੇ, ਬਾਕੀ ਸੱਚਾਈ ਦੇ ਵਿੱਚ ਕੁਛ ਨਹੀਂ ਹੈ ਸਰ। ਸਾਨੂੰ ਪਿਛਲੇ 2 ਸਾਲ ਤੋਂ ਸਰ ਅਸੀਂ ਆਪਦੇ ਨਿਯੁਕਤੀ ਪੱਤਰ ਨੂੰ ਉਡੀਕ ਰਹੇ ਹਾਂ ਸਰ, ਅਤੇ ਇਹਦੇ ਵਿੱਚ ਕੋਈ ਸਾਡੀ ਭਗਵੰਤ ਮਾਨ ਜੀ ਸਰਕਾਰ ਹੈਗੀ ਇਹ ਸਾਡੀ ਕੋਈ ਸੁਣਵਾਈ ਨਹੀਂ ਸਰ ਕਰ ਰਹੀ। ਲੋਕ ਸਭਾ ਦੀਆਂ ਚੋਣਾਂ ਨੇੜੇ ਆ, ਕਿਵੇਂ ਦੇਖਦੇ ਉਮੀਦਵਾਰ? ਸਰ ਲੋਕ ਸਭਾ ਦੇ ਇਲੈਕਸ਼ਨ ਜੇ ਸਰ ਲੋਕਾਂ ਦੀ ਗੱਲ ਸੁਣਨਗੇ ਜੀ ਫਿਰ ਹੀ ਸਰ ਲੋਕ ਇਹਨੂੰ ਵੋਟ ਪਾਉਣਗੇ ਜੀ, ਅਦਰਵਾਈਜ਼ ਲੋਕ ਜੇ ਇਹਨਾਂ ਦੀ ਗੱਲਬਾਤ ਨਹੀਂ ਸੁਣ ਰਹੇ ਤਾਂ ਲੋਕ ਵੋਟਾਂ ਕਿੱਧਰ ਪਾਉਣਗੇ ਸਰ ਇਹਨੂੰ? ਬਸ ਜੀ ਸਮਝ ਨਹੀਂ ਆ ਰਹੀ ਵੀ ਪੁਲਿਸ ਨੇ ਹਿਰਾਸਤ 'ਚ ਕਿਉਂ ਲਿਆ, ਅਸੀਂ ਕੋਈ ਕ੍ਰਿਮੀਨਲ ਨਹੀਂ,
ਅਸੀਂ ਕੋਈ ਆਤੰਕਵਾਦੀ ਨਹੀਂ, ਅਸੀਂ ਇਹ ਸਰਕਾਰ ਆਪ ਚੁਣੀ ਸੀ ਕਿ ਅਸੀਂ ਆਪਦੇ ਕੰਮ ਬੇਰੁਜ਼ਗਾਰਾਂ ਦੇ ਕੰਮ ਅਸੀਂ ਆਪ ਕਰਾਵਾਂਗੇ, ਕਿਉਂਕਿ ਜਿਹੜਾ ਮਾਨ ਸਰਕਾਰ ਸੀ, ਜਿਹੜੀ ਮਾਨ ਦੀ ਸੋਚ ਸੀ, ਉਹ ਕਹਿੰਦਾ ਸੀ ਮੈਂ ਜਿਹੜਾ ਹਰਾ ਪੈਨਾ ਬੇਰੁਜ਼ਗਾਰਾਂ ਦੇ ਪੱਖ 'ਚ ਚੱਲੂਗਾ, ਪਰ ਅੱਜ ਅਸੀਂ ਉਹੀ ਹਲਕੇ 'ਚ ਖੜ ਕੇ ਜਿੱਥੋਂ ਉਹ ਐਮ ਪੀ ਬਣਿਆ, ਜਿੱਥੇ ਧੂਰੀ ਦੇ ਵਿੱਚ ਉਹਨੇ ਸਾਡਾ ਧਰਨਾ ਚੱਲ ਰਿਹਾ ਵਾ 55 ਦਿਨਾਂ ਤੋਂ ਲਗਾਤਾਰ, ਉੱਥੋਂ ਦਾ ਉਹ ਐਮ ਪੀ ਰਿਹਾ, ਸੀ ਐਮ ਰਿਹਾ, ਪਰ ਅੱਜ ਅਸੀਂ ਉਹਨੂੰ ਮਿਲਣ ਦੇ ਲਈ ਬਰਨਾਲੇ ਮੈਰੀਲੈਂਡ ਜਿਹੜਾ ਹੋਟਲ ਸੀ ਉੱਥੇ ਆਏ, ਪਰ ਸਾਨੂੰ ਪੁਲਿਸ ਨੇ ਇੰਨੀ ਧੱਕੇਸ਼ਾਹੀ ਕੀਤੀ ਕਿ ਸਾਨੂੰ ਧੱਕੇ ਮਾਰ ਮਾਰ ਕੇ ਗੱਡੀਆਂ ਚੜ੍ਹਾ ਕੇ ਲਿਆਂਦਾ, ਸਾਡੇ ਨਾਲ ਦੀਆਂ ਭੈਣਾਂ ਦੇ ਫੋਨ ਖੋਲੇ, ਕਿਸੇ ਵੀ ਜਿਹੜਾ ਡੀ ਐੱਸ ਪੀ ਆ, ਕੋਈ ਵੀ ਐੱਸ ਐੱਸ ਪੀ ਆ ਜੀ, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕਿਸੇ ਦੇ ਨਾਲ ਕਿਵੇਂ ਗੱਲ ਕਰਨੀ ਹੈ, ਕਿਵੇਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਜਿਹੜਾ ਵਾ ਅਸੀਂ ਸਾਂਝੇ ਹੁੰਦੇ ਹਾਂ, ਪਰ ਉਹਨਾਂ ਨੇ ਸਾਡੀ ਕੋਈ ਰਖਵਾਲੀ ਨਹੀਂ ਕੀਤੀ, ਸਗੋਂ ਤਾਂ ਧੱਕੇ ਮਾਰ ਕੇ ਸਾਨੂੰ ਇੱਥੇ ਲਿਆਂਦਾ ਸਰ, ਸਾਨੂੰ ਪਤਾ ਹੀ ਨਹੀਂ, ਸਾਨੂੰ ਕੋਈ ਲੋਕੇਸ਼ਨ ਦਾ ਨਾਂ ਨਹੀਂ, ਪਤਾ ਨਹੀਂ ਕਿੱਥੇ ਰੱਖਿਆ ਗਿਆ, ਪਰ ਅਸੀਂ ਉਹੀ ਬੰਦੇ ਆ ਜਿਨ੍ਹਾਂ ਨੇ ਸੀ ਐੱਮ ਨੂੰ ਚੁਣਿਆ ਸੀ, ਪਰ ਸਾਤੋਂ ਹੁਣ ਡਰਦੇ ਹੋਏ ਆ, ਗੱਡੀਆਂ 'ਚ ਬੱਤੀ ਵਾਲੀਆਂ ਗੱਡੀਆਂ ਲੰਘ ਰਹੀਆਂ ਨੇ, ਪਤਾ ਨਹੀਂ ਕੌਣ ਕੌਣ ਜਾ ਰਹੇ ਆ, ਸਾਡੀਆਂ ਗੱਲਾਂ ਨਾ ਸੁਣਨ ਦੇ ਮਾਰੇ ਸਾਨੂੰ ਨੈਗਲੈਕਟ ਕਰਕੇ ਸਾਨੂੰ ਸੜਕਾਂ 'ਤੇ ਰੋਲ ਰਹੇ ਆ, ਸਾਡਾ ਜਿਹੜਾ ਰਾਈਟ ਆ ਸਾਨੂੰ ਨਹੀਂ ਦੇ ਰਹੇ। ਸੁਖਵਿੰਦਰ ਸਿੰਘ ਢਿੱਲਵਾਂ, ਸੂਬਾ ਆਗੂ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ। ਸੜਕ ਦੇ ਵਿਚਾਲੇ ਖੜੇ ਕਿਉਂ ਖੜੇ, ਕੀ ਕਾਰਨ? ਇਹ ਭਗਵੰਤ ਮਾਨ ਦੀ ਕਿਰਪਾ ਹੈ, ਮੁੱਖ ਮੰਤਰੀ ਪੰਜਾਬ ਅੱਜ ਜਿਹੜਾ 2 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੂੰ, ਇਹ ਵਾਅਦੇ ਕਰਦਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਵੰਡ 'ਤੇ ਸਿਹਤ ਅਤੇ ਸਿੱਖਿਆ ਦੇ ਵਿੱਚ ਪਹਿਲ ਦੇ ਆਧਾਰ 'ਤੇ ਭਰਤੀਆਂ ਕਰਾਂਗੇ, ਬੇਰੁਜ਼ਗਾਰਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ, ਉਮਰ ਹੱਦ ਛੋੜ ਦੇਵਾਂਗੇ, ਮਾਸਟਰ ਕੇਡਰ ਦੇ ਵਿੱਚ 55% ਦੀ ਬੇਤੁਕੀ ਸ਼ਰਤ ਜਿਹੜੀ ਕਾਂਗਰਸ ਸਰਕਾਰ ਨੇ ਲਾਈ ਸੀ ਉਸ ਨੂੰ ਰੱਦ ਕਰਾਂਗੇ। 2 ਸਾਲ ਦੇ ਵਿੱਚ ਸਿੰਗਲ ਪੋਸਟ ਭਰਤੀ ਨਹੀਂ ਕੀਤੀ ਮਾਸਟਰ ਕੇਡਰ ਦੀ, ਨਾ ਹੈਲਥ ਵਰਕਰ ਦੀ, ਨਾ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾਂ ਹੋਰ ਕੈਟਾਗਰੀ ਦੇ। 2 ਸਾਲਾਂ ਦੇ ਵਿੱਚ ਭਰਤੀ ਨਾ ਕਰਨ ਦੇ ਰੋਸ ਦੇ ਵਿੱਚ ਅਸੀਂ ਵਾਰ ਵਾਰ ਜਾ ਕੇ ਸਿੱਖਿਆ ਮੰਤਰੀ ਨੂੰ, ਸਿਹਤ ਮੰਤਰੀ ਨੂੰ, ਮੁੱਖ ਮੰਤਰੀ ਨੂੰ, ਮੀਤ ਹੈਅਰ ਜੋ ਸਾਡੇ ਇਸ ਇਲਾਕੇ ਤੋਂ ਸਿੱਖਿਆ ਮੰਤਰੀ ਰਹੇ ਆ, ਬੇਨਤੀਆਂ ਕੀਤੀਆਂ ਨੇ, ਅਜੇ ਤੱਕ 2 ਸਾਲਾਂ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ। ਤਾਂ ਕਰਕੇ ਅੱਜ ਇਸ ਰੋਸ ਦੇ ਵਿੱਚ ਕਿ ਪੰਜਾਬ ਸਰਕਾਰ ਜਿਹੜੇ ਵਾਅਦੇ ਚੋਣਾਂ ਵੇਲੇ ਵਿਧਾਨ ਸਭਾ ਚੋਣਾਂ ਵੇਲੇ ਲੈ ਕੇ ਆਈ ਸੀ ਉਹਨਾਂ 'ਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ। ਇਸ ਰੋਸ ਦੇ ਵਿੱਚ ਅੱਜ ਬੇਰੁਜ਼ਗਾਰ ਸਾਂਝਾ ਮੋਰਚਾ, ਜੋ ਕਿ ਬੇਰੁਜ਼ਗਾਰ ਜਥੇਬੰਦੀਆਂ 'ਤੇ ਆਧਾਰਿਤ ਹੈ ਪੰਜਾਬ ਦੇ ਵਿੱਚ, ਸਿਹਤ ਅਤੇ ਸਿੱਖਿਆ ਦੇ ਵਿੱਚ ਰੁਜ਼ਗਾਰ ਦੀ ਮੰਗ ਕਰਦਾ ਹੈ, ਉਹਨਾਂ ਵੱਲੋਂ ਅਸੀਂ ਆਪਣੇ ਮੰਗਲੇ ਕਿਤੇ ਪਹੁੰਚੇ ਹੋਏ ਹਾਂ ਜੀ। ਸੁਣਿਆ ਅੱਜ ਬਰਨਾਲਾ ਦੇ ਵਿੱਚ ਲੋਕ ਸਭਾ ਹਲਕਾ ਸੰਗੂ ਦੇ ਉਮੀਦਵਾਰ ਦੇ ਲਈ 2 ਸਾਲ ਦਾ ਰਿਕਾਰਡ ਪੇਸ਼ ਕਰਦਾ ਹੈ ਮੁੱਖ ਮੰਤਰੀ, ਉਹਦੇ ਬਾਰੇ ਜਾਣਦੇ? ਇਹ ਇੱਕ ਡਰਾਮਾ ਹੈਗਾ, ਅਸੀਂ ਡਰਾਮਾ ਕਹਿ ਸਕਦੇ ਹਾਂ, ਕਿਉਂਕਿ ਜੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੈਅਰ ਖੁਦ ਸਿੱਖਿਆ ਮੰਤਰੀ ਰਹਿੰਦੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਮਸਲੇ ਨਹੀਂ ਹੱਲ ਕੀਤੇ, ਹੁਣ ਪੰਜਾਬ ਸਰਕਾਰ ਜਦੋਂ ਚੋਣਾਂ ਲੜ ਰਹੀ ਹੈ ਤਾਂ ਸਾਨੂੰ ਇਸ ਗੱਲ ਦਾ ਪੂਰਾ ਰੋਸ ਹੈ ਕਿ ਜਦੋਂ ਤੱਕ ਇਹ ਮਸਲੇ ਹੱਲ ਨਹੀਂ ਕੀਤੇ ਜਾਂਦੇ ਇਹ ਸਾਰੇ ਡਰਾਮੇ 0-13 ਰਹਿਣੇ ਹੈ ਪੰਜਾਬ ਦੇ ਵਿੱਚ, ਜਿਹੜਾ 13-0 ਦਾ ਇੱਕ ਰੌਲਾ ਪਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਬੇਰੁਜ਼ਗਾਰਾਂ ਨੇ, ਪੰਜਾਬ ਦੇ ਮੁਲਾਜ਼ਮਾਂ ਨੇ, ਸੰਘਰਸ਼ੀ ਲੋਕਾਂ ਨੇ ਪਿਛਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਅਹੁਦੇ 'ਤੇ ਬਿਠਾਇਆ, ਪੰਜਾਬ ਦੀ ਸੱਤਾ ਸੌਂਪੀ। 2 ਸਾਲਾਂ ਦੇ ਵਿੱਚ ਲੋਕਾਂ ਨੇ ਵੇਖ ਲਿਆ ਕਿ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਇਹਨਾਂ ਨੇ, ਤਾਂ ਕਰਕੇ ਪੰਜਾਬ ਦੇ ਬੇਰੁਜ਼ਗਾਰ ਲੋਕਾਂ ਦਾ, ਪੰਜਾਬ ਦੇ ਬੇਰੁਜ਼ਗਾਰਾਂ ਦਾ, ਪੰਜਾਬ ਦੇ ਸੰਘਰਸ਼ੀ ਲੋਕਾਂ ਦਾ ਇਸ ਸਰਕਾਰ ਤੋਂ ਜਿਹੜਾ ਯਕੀਨ ਉੱਠ ਚੁੱਕਿਆ ਹੈ। ਤਾਂ ਕਰਕੇ ਅੱਜ ਸਾਰੇ ਥਾਵਾਂ 'ਤੇ ਜਿੱਥੇ ਮੁੱਖ ਮੰਤਰੀ ਜਾਂਦਾ, ਕੱਲ੍ਹ ਫਿਰੋਜ਼ਪੁਰ ਦੇ ਵਿੱਚ ਸਾਡੇ ਸਾਥੀਆਂ ਨੇ ਵਿਰੋਧ ਕੀਤਾ, ਜਿੱਥੇ ਕਿਤੇ ਮੁੱਖ ਮੰਤਰੀ ਜਾਂਦਾ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਜਾਰੀ ਹੈ ਜੀ।